ਤੇ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਬਣਾਉਣ ਤੇ ਹੁਣ ਵਿਵਾਦ ਛਿੜ ਚੁੱਕਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਘੇਰ ਲਿਆ ਹੈ, ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਚੀਮਾ ਨੇ ਕਿਹਾ, ਉਹਨਾਂ ਕਿਹਾ ਕਿ ਕਿਸ ਆਧਾਰ ਤੇ ਹਰਿਆਣਾ ਵਿਧਾਨ ਸਭਾ ਬਣਾਉਣ ਦਾ ਫੈਸਲਾ ਲਿਆ ਗਿਆ। ਆਪਣੀ ਹਰਿਆਣਾ ਦੀ ਧਰਤੀ ਤੇ ਬਣਾਉਣ ਨਵੀਂ ਵਿਧਾਨ ਸਭਾ, ਪੰਜਾਬ ਦਾ ਹੱਕ ਕਮਜ਼ੋਰ ਕਰਨ ਦੀ ਜਿਹੜੀ ਸਾਜਿਸ਼ ਹੈ ਉਹ ਕੀਤੀ ਜਾ ਰਹੀ ਹੈ, ਕਾਨੂੰਨੀ ਸਾਜਿਸ਼ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ, ਚੀਮਾ ਨੇ ਕਿਹਾ। ਪੰਜਾਬ ਦੇ ਤੇ ਇੱਕ ਹੋਰ ਬਹੁਤ ਵੱਡਾ ਡਾਕਾ ਜਿਹੜਾ ਉਹ ਮਾਰਨ ਦੀ ਤਿਆਰੀ ਜਿਹੜੀ ਹੈ, ਉਹਦੀ ਵੱਡੀ ਸਾਜਿਸ਼ ਜਿਹੜੀ ਆ ਉਹ ਰਚੀ ਜਾ ਰਹੀ। 9 ਜੁਲਾਈ 2022 ਨੂੰ ਜਿਹੜੀ ਨਾਰਥ ਜ਼ੋਨਲ ਕੌਂਸਲ ਦੀ ਮੀਟਿੰਗ ਜੈਪੁਰ ਦੇ ਵਿੱਚ ਹੋਈ ਸੀ, ਉੱਥੇ ਜਿਹੜੀ ਪੰਜਾਬ ਦੇ ਖਿਲਾਫ ਇੱਕ ਵੱਡੀ ਸਾਜਿਸ਼ ਘੜੀ ਗਈ, ਉਹਦੇ ਤਹਿਤ ਇਹ ਸਾਰਾ ਕੁਝ ਜੋ ਅੱਜ ਵਾਪਰ ਰਿਹਾ, ਇਹ ਸਾਰੀ ਕਾਰਵਾਈ, ਇਹ ਸਾਰੀ ਸਾਜਿਸ਼ ਉਸ ਨਾਰਥ ਜ਼ੋਨਲ ਕੌਂਸਲ ਦੀ ਮੀਟਿੰਗ ਜਿਹਦੀ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੇ ਪ੍ਰਜ਼ਾਈਡ ਓਵਰ ਕੀਤੀ ਸੀ, ਜਿਹਦੇ ਚ ਅਰਵਿੰਦ ਕੇਜਰੀਵਾਲ ਵੀ ਹਾਜ਼ਰ ਸੀ, ਜਿਹਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦੀ ਤਰਫੋਂ ਜਿਹੜੇ ਵਿੱਤ ਮੰਤਰੀ ਚੀਮਾ ਸਾਹਿਬ ਹਾਜ਼ਰ ਸਨ, ਚੰਡੀਗੜ੍ਹ ਯੂਟੀ ਦੀ ਤਰਫੋਂ ਉਸ ਵੇਲੇ ਦੇ ਸਾਡੇ ਗਵਰਨਰ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਕ ਸਨ ਉਹ ਹਾਜ਼ਰ ਸਨ, ਤੇ ਉੱਤਰੀ ਭਾਰਤ ਦੇ ਜਿਹੜੇ ਬਾਕੀ ਜਿਹੜੇ ਸੂਬੇ ਨੇ ਉਹਨਾਂ ਦੇ ਮੁੱਖ ਮੰਤਰੀ ਤੇ ਗਵਰਨਰ ਸਾਹਿਬਾਨ ਉੱਥੇ ਹਾਜ਼ਰ ਸਨ। ਅਗਲੇ ਦਿਨ ਹੀ ਖਬਰਾਂ ਛਪੀਆਂ ਸੀ, ਉਹਦੇ ਵਿੱਚ ਗ੍ਰਹਿ ਮੰਤਰੀ ਜੀ ਦੀ ਫੋਟੋ ਦੇ ਸਮੇਤ, ਜਿਹਦੇ ਵਿੱਚ ਇਹ ਐਲਾਨ ਹੋਇਆ ਸੀ ਕਿ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਵਾਸਤੇ ਜ਼ਮੀਨ ਜਿਹੜੀ ਆ ਉਹ ਦਿੱਤੀ ਜਾਏਗੀ। ਸਾਨੂੰ ਵੀ ਸੁਣ ਕੇ ਬੜੀ ਹੈਰਾਨੀ ਹੋਈ ਸੀ, ਕਿਉਂਕਿ ਜਿਹੜੀ ਪੰਜਾਬ ਰੀਆਰਗਨਾਈਜੇਸ਼ਨ ਐਕਟ 1966 ਦਾ ਜਿਹੜਾ ਬਣਿਆ ਸੀ ਉਹਦੇ ਤਹਿਤ ਹੀ ਪੰਜਾਬ ਦਾ ਸੂਬਾ ਬਣਿਆ, ਉਹਦੇ ਤਹਿਤ ਹੀ ਹਰਿਆਣਾ ਬਣਿਆ, ਉਹਦੇ ਵਿੱਚ ਹੀ ਯੂਟੀ ਬਣੀ, ਉਹਦੇ ਵਿੱਚ ਹੀ ਕੁਛ ਇਲਾਕੇ ਜਿਹੜੇ ਆ ਹਿਮਾਚਲ ਨੂੰ ਗਏ, ਤੇ ਕਿਸ ਆਧਾਰ ਦੇ ਉੱਤੇ 50 ਸਾਲਾਂ ਤੋਂ ਵੱਧ ਸਮਾਂ ਨਿਕਲ ਜਾਣ ਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਜ਼ਮੀਨ ਦਿੱਤੀ ਜਾਏਗੀ ਵਿਧਾਨ ਸਭਾ ਬਣਾਉਣ ਵਾਸਤੇ। ਸਾਡੇ ਜਿਹੜੇ ਅੱਜ ਦੇ ਹੁਕਮਰਾਨ ਨੇ ਉਹਨਾਂ ਨੇ ਜਿਹੜੇ ਪੰਜਾਬ ਦੇ ਸਾਡੇ ਵੱਡੇ ਸੰਘਰਸ਼ ਨੇ, ਜਿਹੜੇ ਸਾਡੇ ਉਸ ਵੇਲੇ ਦੀ ਲੀਡਰਾਂ ਦੀਆਂ ਕੁਰਬਾਨੀਆਂ ਨੇ, ਉਹਨਾਂ ਦੇ ਨਾਲ ਕੀਤੇ ਵਾਅਦੇ ਜਿਹੜੇ ਆ ਉਹ ਇੱਕ ਇੱਕ ਕਰਕੇ ਹੌਲੀ ਹੌਲੀ ਭੁੱਲੀ ਜਾ ਰਹੇ। ਉਦੋਂ ਵਾਅਦਾ ਇਹ ਹੋਇਆ ਸੀ ਕਿ 5 ਸਾਲਾਂ ਬਾਅਦ ਹਰਿਆਣਾ ਆਪਣੀ ਰਾਜਧਾਨੀ ਬਣਾ ਲਏਗਾ, ਪਰ ਅਫਸੋਸ ਹੈ ਕਿ ਅੱਜ ਦੀ ਜਿਹੜੀ ਸਾਡੀ ਨੈਸ਼ਨਲ ਲੀਡਰਸ਼ਿਪ ਇਨ ਪਾਵਰ ਹੈ, ਭਾਵੇਂ ਕੋਈ ਲੀਡਰ ਹੋਵੇ ਕਿਸੇ ਪਾਰਟੀ ਦਾ ਹੋਵੇ, ਉਦੋਂ ਕਾਂਗਰਸ ਦਾ ਰਾਜ ਸੀ, ਇੰਦਰਾ ਗਾਂਧੀ ਉਸ ਵੇਲੇ ਪ੍ਰਧਾਨ ਮੰਤਰੀ ਸਨ, ਪਰ ਜਿਹੜੀ ਪ੍ਰਧਾਨ ਮੰਤਰੀ ਦੀ ਕੋਈ ਕਮਿਟਮੈਂਟ ਹੁੰਦੀ ਆ ਉਹ ਅਗਲੇ ਪ੍ਰਧਾਨ ਮੰਤਰੀ ਨੇ ਕੈਰੀ ਕਰਨੀ ਹੁੰਦੀ, ਪਰ ਅੱਜ ਜਿਹੜੀ ਇਸ ਮਰਿਆਦਾ ਤੋਂ ਪਿੱਛੇ ਹਟ ਕੇ ਤੇ ਨਵਾਂ ਹੁਕਮ ਹੋ ਗਿਆ ਕਿ ਹਰਿਆਣੇ ਨੂੰ ਵੱਖਰੀ ਜ਼ਮੀਨ ਜਿਹੜੀ ਆ ਉਹ ਦਿੱਤੀ ਜਾਏਗੀ।
ਨਾਲ ਪ੍ਰਪੋਜ਼ਲ ਆ ਗਈ ਕਿ ਹਰਿਆਣਾ ਪੰਚਕੂਲੇ ਦੇ ਵਿੱਚੋਂ 12 ਏਕੜ ਜ਼ਮੀਨ ਪੰਜਾਬ ਨੂੰ ਟਰਾਂਸਫਰ ਕਰੇਗਾ ਤੇ ਚੰਡੀਗੜ੍ਹ ਨੂੰ ਟਰਾਂਸਫਰ ਕਰੇਗਾ ਤੇ ਚੰਡੀਗੜ੍ਹ ਆਪਣੀ 10 ਏਕੜ ਜ਼ਮੀਨ ਹਰਿਆਣੇ ਨੂੰ ਦੇਗਾ ਜਿਹੜੀ ਹੈ ਬਣਾਉਣ ਵਾਸਤੇ ਵੱਖਰੀ।